ਹਾਂ ਜੀ ਹਰਜੀਤ ਸਿੰਘ ਗਰੇਵਾਲ ਇੱਕ ਘਨੋਲਾ ਦੇ ਰਹਿਣ ਵਾਲਾ ਗਾ ਠੀਕ ਹੈ ਮੈਨੂੰ ਲੱਗਦਾ ਉਹ ਸ਼ਾਇਦ ਰੋਟੀ ਤਾਂ ਨਹੀਂ ਖਾਂਦਾ ਹੋਣਾ ਜਿਹੜਾ ਕਿ ਸਾਡੇ ਕਿਸਾਨਾਂ ਦੇ ਖਿਲਾਫ ਬੋਲਦਾ ਗਾ ਉਹਦੇ ਘਰੇ ਕਣਕ ਔਰ ਚੌਲ ਨਹੀਂ ਜਾਂਦੇ ਹੋਣੇ ਠੀਕ ਹੈ ਨਾ ਮੋਦੀ ਤਾਂ ਸ਼ਾਇਦ ਪੋਸਟਰ ਖਾ ਕੇ ਟਾਈਮ ਪਾਸ ਕਰਦਾ ਹੋਵੇ ਉਹਨੂੰ ਮੈਡਮ ਨੂੰ ਪੁੱਛਣ ਵਾਲਾ ਹੋਵੇ ਜੇ ਪੀਜ਼ੇ ਬਰਗਰ ਵੀ ਖਾਣੀ ਤਾਂ ਵੀ ਸਾਡੀ ਖੇਤਾਂ 'ਚ ਜਾਂਦੇ ਹੋ ਕਣਕ ਔਰ ਕਿਤੇ ਜਿਹੜਾ ਬੇਸ ਬਣਦਾ ਪੀਜ਼ੇ ਤੇ ਬਰਗਰ ਦਾ ਸਾਡੇ ਕਿਤੇ ਨਾ ਕਿਤੇ ਸਾਡੇ ਕਣਕ ਤੇ ਚੌਲਾਂ ਦਾ ਰੋਲ ਹੈਗਾ ਗਾ ਸਾਡੀ ਬੀਬੀਆਂ ਐਵੇਂ ਨਹੀਂ ਹੈਗੀਆਂ ਉਦੋਂ ਜ਼ਮੀਰ ਨਹੀਂ ਵੇਚ ਰਹੀਆਂ ਜੇ ਉਹਨਾਂ ਨੇ ਲੱਗਦਾ ਅਸੀਂ ਜ਼ਮੀਨ ਪਿੱਛੇ ਜ਼ਮੀਰ ਵੇਚ ਲਾਂਗੇ ਨਾ ਅਸੀਂ ਜ਼ਮੀਨ ਜਾਣ ਦਈਏ ਨਾ ਉਹਦਾ ਜ਼ਮੀਰ ਜਾਣ ਦਈਏ ਅਸੀਂ ਅਣਖੀ ਲੋਕਾਂ ਪੰਜਾਬ ਦੇ ਲੋਕਾਂ ਸਿੱਖ ਦੇਖਦੇ ਹਾਂ ਅੱਜ ਦੇ ਇਸ ਪੂਰੇ ਇਸ ਰੈਲੀ ਨੂੰ ਕਿਉਂਕਿ ਜਿਹੜੀ ਹਰਜੀਤ ਗਰੇਵਾਲ ਦੇ ਵਿਰੁੱਧ ਕੱਢੀ ਜਾ ਰਹੀ ਜਿਹਨੇ ਲਗਾਤਾਰ ਬਿਆਨਬਾਜ਼ੀ ਆਉਂਦੀ ਹੈ ਟੀਵੀ ਤੇ ਬੈਠ ਕੇ ਵੀ ਭਾਸ਼ਣ ਹੁੰਦੇ ਨੇ ਹਾਂਜੀ ਹਰਜੀਤ ਸਿੰਘ ਗਰੇਵਾਲ ਇੱਕ ਘਨੋਲਾ ਦੇ ਰਹਿਣ ਵਾਲਾ ਗਾ ਠੀਕ ਹੈ ਮੈਨੂੰ ਲੱਗਦਾ ਉਹ ਸ਼ਾਇਦ ਰੋਟੀ ਤਾਂ ਨਹੀਂ ਖਾਂਦਾ ਹੋਣਾ ਜਿਹੜਾ ਕਿ ਸਾਡੇ ਕਿਸਾਨਾਂ ਦੇ ਖਿਲਾਫ ਬੋਲਦਾ ਗਾ ਉਹਦੇ ਘਰੇ ਕਣਕ ਔਰ ਚੌਲ ਨਹੀਂ ਜਾਂਦੇ ਹੋਣੇ ਠੀਕ ਹੈ ਨਾ ਮੋਦੀ ਤੇ ਸ਼ਾਇਦ ਪੋਸਟਰ ਖਾ ਕੇ ਟਾਈਮ ਪਾਸ ਕਰਦਾ ਹੋਵੇ ਅਸੀਂ ਉਹਦੇ ਖਿਲਾਫ ਅੱਜ ਉਹ ਮਤਲਬ ਕਿ ਅੱਜ ਨਾਰੇਬਾਜ਼ੀ ਹੋ ਰਹੀ ਹੈ ਧਰਨੇ ਹੋ ਰਹੇ ਨੇ ਸਾਡੇ ਬੀਬਿਆਂ ਦੀ ਬਹੁਤ ਸਪੋਰਟ ਹੈਗੀ ਜਿਨ੍ਹਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਇੱਕ ਪਰਦੇ 'ਚ ਰਹਿਣ ਵਾਲੀ ਦੱਸਿਆ ਜਾਂਦਾ ਸੀ ਪਹਿਲਾਂ ਹੈ ਨਾ ਇੱਕ ਸਾਡੇ ਸਰਕਾਰ ਦੀ ਵਜ੍ਹਾ ਕਰਕੇ ਸੀਗਾ ਸਾਡੀ ਬੀਬਿਆਂ ਦੀ ਸਪੋਰਟ ਹੈ ਕਿਉਂਕਿ ਅਸੀਂ ਏਕਤਾ ਦਿਖਾ ਰਹੇ ਕਿਉਂਕਿ ਇੱਕ ਇੱਕ 11 ਹੁੰਦੇ ਨੇਗੇ ਜੇ ਅਸੀਂ ਏਕਤਾ ਦਿਖਾਵਾਂਗੇ ਤਾਂ ਹੀ ਸ਼ਾਇਦ ਸਰਕਾਰ ਨੂੰ ਕੋਈ ਫਰਕ ਪਊਗਾ ਪਹਿਲਾਂ ਸਾਡੀ ਸਰਕਾਰ ਨੇ ਸਾਨੂੰ ਹਮੇਸ਼ਾ ਲੜਾਇਆ ਕਦੇ ਅਕਾਲੀਆਂ ਦੇ ਨਾਂ ਤੇ ਕਦੇ ਕਾਂਗਰਸ ਦੇ ਨਾਂ ਤੇ ਸਰਕਾਰ ਸਾਡਾ ਫਾਇਦਾ ਚੱਕਦੀ ਰਹੀ ਸਰਕਾਰ ਨੂੰ ਐਂ ਸੀ ਵੀ ਲੜਦੇ ਰਹਿਣਗੇ ਸਾਡਾ ਫਾਇਦਾ ਹੁੰਦਾ ਰਹੂਗਾ ਪਹਿਲਾਂ ਇਹਨਾਂ ਨੇ GST ਲਾਗੂ ਕੀਤੀ ਅਸੀਂ ਤਾਂ ਵੀ ਚੁੱਪ ਰਹੇ ਫਿਰ ਇਹਨਾਂ ਨੇ ਨੋਟਬੰਦੀ ਕੀਤੀ ਅਸੀਂ ਤਾਂ ਵੀ ਚੁੱਪ ਰਹੇ ਠੀਕ ਹੈ ਫਿਰ ਕਰੋਨਾ ਆਇਆ ਸ਼ਾਇਦ ਜੇ ਕਰੋਨਾ ਪਹਿਲਾਂ ਭਾਰਤ ਵਿੱਚ ਜੇ ਪੰਜਾਬ ਵਿੱਚ ਆਉਂਦਾ ਤਾਂ ਸਾਡੇ ਲੀਡਰ ਜਹਾਜ਼ ਚੜ ਕੇ ਸਭ ਤੋਂ ਪਹਿਲਾਂ ਬਾਹਰਲੇ ਦੇਸ਼ਾਂ ਨੂੰ ਜਾ ਚੁੱਕੇ ਸੀ ਕਿਉਂਕਿ ਸਾਡੇ ਇੱਥੇ ਕੋਈ ਵੀ ਹਸਪੀਟਲ 'ਚ ਕੋਈ ਵੀ ਫੈਸਿਲਿਟੀਜ਼ ਨਹੀਂ ਦਿੱਤੀਆਂ ਜਾਂਦੀਆਂ ਹੈਗੀਆਂ ਹੁਣ ਇਹਨਾਂ ਨੂੰ ਐਂ ਸੀ ਮੋਦੀ ਨੂੰ ਵੀ ਸ਼ਾਇਦ ਮੈਂ ਕਾਲੇ ਕਾਨੂੰਨ ਪਾਸ ਕਰਤੇ ਤਾਂ ਕਿਸਾਨ ਜਿਵੇਂ ਪਹਿਲਾਂ ਚੁੱਪ ਰਹਿੰਦਾਗਾ ਉਵੇਂ ਚੁੱਪ ਰਹੂਗਾ ਹੁਣ ਅਸੀਂ ਚੁੱਪ ਨਹੀਂ ਰਹਾਂਗੇ ਕਿਉਂਕਿ ਇੱਕ ਜਿਹੜੀ ਜ਼ਮੀਨ ਇੱਕ ਮਾਂ ਹੁੰਦੀ ਹੈਗੀ ਠੀਕ ਹੈ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਖਿਤਾਬ ਵਰਤਿਆ ਦਿੱਤਾ ਗਾ ਇੱਕ ਖੇਤਾਂ ਦਾ ਗੁਰੂ ਨਾਨਕ ਦੇ ਖੇਤਾਂ ਵਿੱਚੋਂ ਕਦੇ ਬਰਕਤ ਨਹੀਂ ਜਾ ਸਕਦੀ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਖੇਤ ਨੇ ਅਸੀਂ ਆਪਣੇ ਖੇਤ ਨਹੀਂ ਜਾਣ ਦੇਵਾਂਗੇ ਕਦੇ ਵੀ ਕਿਉਂਕਿ ਇੱਕ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਜੇ ਅਸੀਂ ਮਾਂ ਹੀ ਜਾਣ ਦੇਤੀ ਤਾਂ ਅਸੀਂ ਕਿਤੇ ਵੀ ਨਹੀਂ ਰਵਾਂਗੇ ਅਸੀਂ ਕਿਸੇ ਦੇ ਥਾਂ ਦੇ ਨਹੀਂ ਰਵਾਂਗੇ ਅੱਛਾ ਤੇ ਕਿਹਾ ਜਾਂਦਾ ਸੀ ਕਿ ਔਰਤ ਜਿਹੜੀ ਇਹ ਤਾਂ ਘਰੇ ਕੰਮ ਕਰਨ ਵਾਲੀ ਹੈ ਇਹ ਨਹੀਂ ਆ ਸਕਦੇ ਧਰਨਿਆਂ ਦੇ ਵਿੱਚ ਕੰਗਣਾ ਰਣੌਤ ਦਾ ਵੀ ਬਿਆਨ ਆਇਆ ਉਸ ਤੋਂ ਬਾਅਦ ਕਈ ਭਾਜਪਾ ਲੀਡਰਾਂ ਦਾ ਵੀ ਆਇਆ ਕਿ ਪੈਸੇ ਲੈ ਕੇ ਦਿਹਾੜੀ ਤੇ ਔਰਤਾਂ ਆ ਜਾਂਦੇ ਨੇ ਉਹਨਾਂ ਬਾਰੇ ਕੀ ਕਹਿਣਾ ਦੇਖੋ ਜੀ ਕੰਗਣਾ ਰਣੌਤ ਨੂੰ ਵੀ ਮੈਂ ਇਹ ਕਹੂੰਗੀ ਸ਼ਾਇਦ ਉਹ ਮੋਦੀ ਦੇ ਪੋਸਟਰ ਹੀ ਖਾਂਦੀ ਹੋਣੀ ਹੈਗੀ ਰੋਟੀ ਰਾਟੀ ਨਹੀਂ ਖਾਂਦੀ ਹੋਣੀ ਉਹਨੂੰ ਮੈਡਮ ਨੂੰ ਪੁੱਛਣ ਵਾਲਾ ਹੋਵੇ ਜੇ ਪੀਜ਼ੇ ਬਰਗਰ ਵੀ ਖਾਣੀ ਹੈ ਤਾਂ ਵੀ ਸਾਡੀ ਖੇਤਾਂ 'ਚ ਜਾਂਦੇ ਹੋ ਕਣਕ ਔਰ ਕਿਤੇ ਜਿਹੜਾ ਬੇਸ ਬਣਦਾ ਪੀਜ਼ੇ ਤੇ ਬਰਗਰ ਦਾ ਸਾਡੇ ਕਿਤੇ ਨਾ ਕਿਤੇ ਸਾਡੇ ਕਣਕ ਤੇ ਚੌਲਾਂ ਦਾ ਰੋਲ ਹੈਗਾ ਗਾ ਠੀਕ ਹੈ ਨਾ ਅਸੀਂ ਉਹਨਾਂ ਨੇ ਕਿਹਾ ਵੀ ਕਿਹੜੀ ਬੀਬੀ 100 ਰੁਪਏ ਦੀ ਦਿਹਾੜੀ ਤੇ ਵਿਕਦੀ ਹੈਗੀ ਨਹੀਂ ਅਸੀਂ ਨਹੀਂ ਵਿਕੇ ਅਸੀਂ ਜ਼ਮੀਰ ਨਹੀਂ ਵੇਚਿਆ ਹੈਗਾ ਆਪਦਾ ਕੰਗਣਾ ਰਣੌਤ ਵਾਂਗੂ ਉਹਨਾਂ ਨੂੰ ਇਹ ਲੱਗਦਾ ਉਹਨਾਂ ਦੀ ਖੁਦ ਦੀ ਸੋਚ ਇਹ ਹੈ ਵੀ ਅਸੀਂ ਸਟੇਜਾਂ ਤੇ ਕੱਪੜੇ ਪਾ ਕੇ ਨੱਚਦੇ ਹਾਂ ਇੱਕ ਪੈਸੇ ਲਈ ਤਾਂ ਬੀਬੀਆਂ ਵੀ ਐਵੇਂ ਹੋਣਗੀਆਂ ਬਟ ਸਾਡੀਆਂ ਬੀਬੀਆਂ ਐਵੇਂ ਨਹੀਂ ਹੈਗੀਆਂ ਉਹ ਤਾਂ ਜ਼ਮੀਰ ਨਹੀਂ ਵੇਚ ਰਹੀਆਂ ਜੇ ਉਹਨਾਂ ਨੂੰ ਇਹ ਲੱਗਦਾ ਅਸੀਂ ਜ਼ਮੀਨ ਪਿੱਛੇ ਜ਼ਮੀਰ ਵੇਚ ਲਾਂਗੇ ਨਾ ਅਸੀਂ ਜ਼ਮੀਨ ਜਾਣ ਦਈਏ ਨਾ ਉਹਦਾ ਜ਼ਮੀਰ ਜਾਣ ਦਈਏ ਅਸੀਂ ਅਣਖੀ ਲੋਕਾਂ ਪੰਜਾਬ ਦੇ ਲੋਕਾਂ ਸਿੱਖ ਲੋਕਾਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਾਏ ਅਸੀਂ ਕਦੇ ਵੀ ਉਹਦਾ ਜ਼ਮੀਰ ਨਹੀਂ ਵੇਚ ਸਕਦੇ ਹੈਗੇ ਕਿ 100 ਰੁਪਏ ਦੀ ਦਿਹਾੜੀ ਪਿੱਛੇ ਤੁਸੀਂ ਖੁਦ ਦੇਖੋ ਇੱਕ ਉੱਥੇ ਸਾਰੇ ਬਜ਼ੁਰਗ ਬੈਠੇ ਨੇਗੇ 2-3 ਸਾਲ ਦੇ ਬੱਚੇ ਤੋਂ ਲੈ ਕੇ 70-80 ਸਾਲ ਦਾ ਬਜ਼ੁਰਗ ਬੈਠਾ ਗਾ ਕਿ ਉਹ 100 ਰੁਪਏ ਦੀ ਦਿਹਾੜੀ ਪਿੱਛੇ ਬੈਠਾ ਗਾ ਠੰਡਾਂ ਵੀ ਗਈਆਂ ਧੁੱਪਾਂ ਵੀ ਗਈਆਂ ਸਰਦੀ ਵੀ ਗਈ ਠੀਕ ਹੈ ਨਾ ਕੋਈ ਟਰਾਲੀਆਂ ਥੱਲੇ ਪੈ ਕੇ ਰਾਤ ਗੁਜ਼ਾਰਦਾ ਕੋਈ ਟਰੈਕਟਰ ਤੇ ਬਹਿ ਕੇ ਰਾਤ ਗੁਜ਼ਾਰਦਾ ਹਲੇ ਬੀਜੇਪੀ ਦਾ ਆਗੂ ਇੱਕ ਲੀਡਰ ਕਹਿੰਦਾ ਸੀ ਇਹ ਤਾਂ ਇੰਜੋਏ ਕਰਨ ਆਏ ਨੇ ਕਿਉਂਕਿ ਪੀਜ਼ੇ ਬਰਗਰ ਖਾ ਰਹੇ ਨੇਗੇ ਸਾਡੇ ਖੇਤਾਂ 'ਚ ਉਗਾਈਆਂ ਹੋਈਆਂ ਫਸਲਾਂ ਠੀਕ ਹੈ ਕਈ ਅਸੀਂ ਰੋਟੀ ਵੀ ਨਾ ਖਾਈਏ ਇੱਕ ਪੰਜਾਬ ਇੱਕ ਸਿੱਖ ਲੋਕ ਸਾਡੇ ਕਿਤੇ ਵੀ ਕੋਈ ਵੀ ਰੌਲਾ ਹੁੰਦਾ ਹੜ ਆਉਂਦੇ ਨੇ ਭੁਚਾਲ ਆਉਂਦਾ ਭੁੱਖਮਰੀ ਆਉਂਦੀ ਆ ਸਭ ਤੋਂ ਪਹਿਲਾਂ ਸਾਡੇ ਸਿੱਖ ਲੋਕ ਜਾਂਦੇ ਨੇ ਪੰਜਾਬੀ ਜਾਂਦੇ ਨੇ ਕਿ ਅਸੀਂ ਆਪਦੇ ਜਿਹੜੀ ਖੇਤਾਂ 'ਚ ਫਸਲਾਂ ਖਾਈਏ ਨੇ ਅਸੀਂ ਰੋਟੀ ਵੀ ਨਹੀਂ ਖਾਣੀ ਇਹ ਵੀ ਬਿਆਨ ਆਉਂਦਾ ਰਿਹਾ ਕਿ 20-20 ਲੱਖ ਦੀਆਂ 30-30 ਲੱਖ ਦੀਆਂ ਗੱਡੀਆਂ ਲੈ ਕੇ ਆ ਗਏ ਇਹ ਤਾਂ ਕਿਸਾਨ ਹੀ ਹੈ ਨਹੀਂ ਇਹ ਤਾਂ ਅੰਗਰੇਜ਼ੀ ਬੋਲਦੇ ਨੇ ਕਿਸਾਨ ਹੀ ਹੈ ਨਹੀਂ ਦੇਖੋ ਜੀ ਖੁਦ ਹੀ ਆਪੋ ਆਪਣੀ ਸੋਚ ਹੈਗੀ ਜੇ ਅਸੀਂ 20-30 ਲੱਖ ਦੀ ਗੱਡੀ ਵੀ ਲੈਨੇ ਸਾਡੀ ਆਪਦੀ ਕਮਾਈ ਹੋਈ ਹੈ ਲੀਡਰਾਂ ਵਾਂਗੂ ਅਸੀਂ ਕਿਸੇ ਦਾ ਝੁੱਗਾ ਤਾਂ ਨਹੀਂ ਲਾਇਆ ਹੈਗਾਗਾ ਸਾਡੇ ਕਿਸਾਨ ਦੀ 6 ਮਹੀਨਿਆਂ ਦੀ ਪਾਲੀ ਹੋਈ ਫਸਲ ਪੁੱਤਾਂ ਵਾਂਗੂ ਪਾਲੀ ਫਸਲ ਖੇਤਾਂ 'ਚ ਖੜੀ ਖੜੋਤੀ ਮੱਚ ਜਾਂਦੀ ਆ ਸਾਡਾ ਕੋਈ ਲੀਡਰ ਹਾਲ ਪੁੱਛਣ ਨਹੀਂ ਆਉਂਦਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਸਾਡੇ ਲੀਡਰ ਇੱਥੇ ਸਾਡੇ ਤਲੀਆਂ ਚੱਟਣ ਆਉਂਦੇ ਨੇ ਪੈਰੀ ਹੱਥ ਲਾਉਂਦੇ ਨੇ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਬਣਾਈ ਗਈ ਸਰਕਾਰ ਹੈ ਬਟ ਸਾਡੇ ਤੋਂ ਕੋਈ ਮੁਸੀਬਤ ਆਉਂਦੀ ਹੈ ਸਾਡੇ ਲਈ ਕੋਈ ਵੀ ਨਹੀਂ ਜਾਂਦਾ ਅਸੀਂ ਟਰੈਕਟਰ ਵੀ ਲੈ ਕੇ ਗਏ ਹਾਂ ਠੀਕ ਹੈ ਕੋਈ ਉੱਤੇ ਪਾਸ ਸਾਈਕਲਾਂ ਦੇ ਵੀ ਗਏ ਨੇ ਉਹਨਾਂ ਨੇ ਸਿਰਫ ਗੱਡੀਆਂ ਕਹਿੰਦੀ ਸੀਆਂ ਟਰੈਕਟਰ ਕਿਉਂ ਨਹੀਂ ਦਿਸੇ ਹੈਗੇ ਸਾਈਕਲ ਕਿਉਂ ਨਹੀਂ ਦਿਸੇ ਹੈਗੇ ਇੱਕ ਯੂਥ ਹੀ ਦਿਖਿਆ ਇੱਕ ਉੱਥੇ ਜਿਹੜੇ ਬੈਠੇ ਨੇ ਬਜ਼ੁਰਗ ਉਹ ਕਿਉਂ ਨਹੀਂ ਦਿਖੇ ਹੈਗੇ 2022 ਦੇ ਇਲੈਕਸ਼ਨ ਦੁਬਾਰੇ ਆਉਣ ਵਾਲੇ ਨੇ ਫਿਰ ਸਰਕਾਰ ਚੁਣਨੀ ਪਊਗੀ ਦੇਖੋ ਜੀ
ਤਾਂ ਅੱਜ ਸੜਕਾਂ 'ਤੇ ਰੋਲਦੇ ਨੇ। ਮੁੱਖ ਮੰਤਰੀ ਅੱਜ ਬਾਤ ਨਹੀਂ ਲੈਂਦਾ ਪਿਆ, ਅਸੀਂ ਵੀ ਰੱਖਿਆ ਹੋਇਆ ਗੋਡਾ ਮੁੱਖ ਮੰਤਰੀ ਦੀ ਧੌਣ ਦੇ ਉੱਤੇ ਚੁੱਕਣਾ ਸੀ ਉਦਣ ਜਿੱਦਣ ਸਾਡੇ ਕਾਲੇ ਕਾਨੂੰਨ ਰੱਦ ਕਰ ਦੇਗਾ। ਵੀਰੇ ਹਰਜੀਤ ਗਰੇਵਾਲ ਦੀ ਸੋਚ 'ਤੇ ਕਿਹੋ ਜਿਹੀ ਸੋਚ ਰੱਖਦਾ ਹੈ ਨਾ, ਆਪ ਕਿਸਾਨ ਹੋ ਕੇ ਆਪ ਨਾਲੇ ਉਹਨੂੰ ਸਾਰੀ ਸਮਝ ਆ। ਸਿਰਫ ਉਹ ਇੱਕ ਆਪਦਾ ਉਹਨਾਂ ਦਾ ਦਾਇਰਾ ਹੀ ਇਹੋ ਜਿਹਾ ਹੋ ਚੁੱਕਿਆ ਵੀ ਉਹ ਆਪਦੇ ਬੋਲਣ ਲਈ ਮਜਬੂਰ ਆ ਕਿਸਾਨਾਂ ਦੇ ਵਿਰੁੱਧ। ਕਿਉਂ ਕਰਦੇ ਨੇ ਇਹੋ ਜਿਹੀਆਂ ਬਿਆਨਬਾਜ਼ੀਆਂ? ਕਿਉਂ ਕਰਦੇ ਨੇ ਵੀਰੇ? ਅਡਾਨੀ ਅਤੇ ਅਬਾਨੀ ਦੇ ਕਿਸਾਨ ਉਹਨਾਂ ਨਾਲ ਉਹਨਾਂ ਦਾ ਉਹ ਕਰਿਆ ਹੋਇਆ ਡੀਲ ਆ ਉਹਨਾਂ ਨਾਲ ਹੋਈ ਹੋਈ, ਹੁਣ ਜੇ ਕਿਸਾਨਾਂ ਨੂੰ ਦੱਬਣਾ ਚਾਹੁੰਦੇ ਨੇ। ਪਰ ਨਹੀਂ, ਅਸੀਂ ਦੱਬਦੇ ਤੁਹਾਡੇ ਚੈਨਲ ਦੇ ਜ਼ਰੀਏ ਕਹਿੰਦੇ ਹਾਂ ਕਾਲੇ ਕਾਨੂੰਨ ਰੱਦ ਹੋਣਗੇ ਹੋਣਗੇ, ਹੁਣ ਕਰ ਦੇਵੇ ਜਦੋਂ ਮਰਜ਼ੀ ਕਰ ਦੇਵੇ। ਅਸੀਂ ਸਾਡੀ ਲੇਡੀਜ਼ ਦੀ ਫੁੱਲ ਸਪੋਰਟ ਆ, ਪੂਰੀ ਸਪੋਰਟ ਆ ਵੀਰੇ, ਜਾਂ ਕੁਰਬਾਨੀ ਦੇਣ ਤੱਕ ਨੂੰ ਤਿਆਰ ਹਾਂ ਅਸੀਂ। ਸਮਝ ਲੈਣ ਵੀ ਅਸੀਂ ਦੋ ਦੋ ਮੌਤਾਂ ਰੋਜ਼ ਆਉਂਦੀਆਂ ਨੇ, ਹੁਣ ਤਾਂ ਉਹਨਾਂ ਨੂੰ ਮਾੜੀ ਜਿਹੀ ਸਮਝ ਲੈਣੀ ਚਾਹੀਦੀ ਆ। ਉੱਥੇ ਪਹੁੰਚ ਗਿਆ ਉਹਦੀ ਪੋਤਾ ਹੋਇਆ, ਉਹਦੀ ਤਾਂ ਵਧਾਈ ਦੇਣ ਪਹੁੰਚ ਗਿਆ। ਕੀ ਉਹਨੇ ਕਿਸਾਨਾਂ ਲਈ ਕੋਈ ਟਵੀਟ ਕੀਤਾ? ਕਿਸੇ ਨੇ ਵੀ ਕੀਤਾ? ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਭਾਜਪਾ ਦੇ ਕਿਸੇ ਮੈਂਬਰ ਨੂੰ ਚੈਨਲ 'ਤੇ ਨਾ ਆਉਣ ਦਿੱਤਾ ਜਾਵੇ, ਕਿਉਂਕਿ ਉਹ ਸਾਰੇ ਉਲਟ ਕਰਦੇ ਨੇ ਇਹਨਾਂ ਦੇ ਵੀ ਹਾਂ ਇਹ ਕਾਨੂੰਨ ਸਹੀ ਨੇ। ਇਹਨਾਂ ਨੂੰ ਸਮਝ ਨਹੀਂ ਕੀ ਅਸੀਂ ਪੜ੍ਹੇ ਲਿਖੇ ਨਹੀਂ? ਅਸੀਂ ਬਹੁਤ ਪੜ੍ਹੇ ਲਿਖੇ ਹਾਂ, ਹੁਣ ਤਾਂ ਸਾਡੀ ਜਨਰੇਸ਼ਨ ਕੀ ਸਭ ਤੋਂ ਪਿੱਛੇ ਵਾਲੀ ਜਨਰੇਸ਼ਨ, ਸਭ ਤੋਂ ਅੱਗੇ ਵਾਲੀ ਜਨਰੇਸ਼ਨ, ਸਾਰੇ ਬੱਚੇ ਨੂੰ ਪਤਾ, ਸਾਡੇ ਨਾਲ ਬੱਚੇ ਵੀ ਨੇ, ਇਹਨਾਂ ਨੂੰ ਵੀ ਪਤਾ ਵੀ ਮੋਦੀ ਸਰਕਾਰ ਦੇ ਜਿਹੜੇ ਕਾਨੂੰਨ ਨੇ ਉਹ ਗਲਤ ਨੇ, ਰੱਦ ਹੋਣੇ ਚਾਹੀਦੇ ਨੇ। ਹਾਂਜੀ, ਇਹੀ ਕਹਿਣਾ ਚਾਹੁੰਦੇ ਹਾਂ ਵੀ ਮੋਦੀ ਨੂੰ ਆਪਦੇ ਕਾਲੇ ਕਾਨੂੰਨ ਆ ਜਿਹੜੇ ਉਹ ਵਾਪਸ ਲੈਣੇ ਚਾਹੀਦੇ ਨੇ। ਅਸੀਂ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਵੀ ਸੰਘਰਸ਼ ਦੇ ਵਿੱਚ ਪਹੁੰਚਦੇ ਹਾਂ। ਪਹਿਲਾਂ 10 ਦਿਨ ਦਿੱਲੀ ਵੀ ਜਾ ਕੇ ਆਏ ਹਾਂ, ਅਸੀਂ ਹੁਣ 24 ਤਰੀਕ ਨੂੰ ਫਿਰ ਸਾਡੇ ਪਿੰਡੋਂ ਜਾ ਰਿਹਾ ਟਰਾਲਾ ਆਪਣਾ ਦਿੱਲੀ ਨੂੰ। ਅਸੀਂ ਮੋਦੀ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਰਹਾਂਗੇ। ਭਾਜਪਾ ਲੀਡਰ ਬਿਆਨਬਾਜ਼ੀਆਂ ਵਾਰ ਵਾਰ ਕਰਦੇ ਰਹਿੰਦੇ ਨੇ ਕਿ ਇਹ ਤਾਂ ਤੁਹਾਡੇ ਹੱਕ ਦੀ ਗੱਲ ਹੈ। ਇਹ ਜੇ ਹੱਕ ਦੀ ਗੱਲ ਹੈ ਜਦ ਸਾਨੂੰ ਹੀ ਨਹੀਂ ਮਨਜ਼ੂਰ ਹੈਗੀ ਹੱਕ ਦੀ ਗੱਲ, ਫਿਰ ਕਰ ਲਈ ਕਿਉਂ ਆ? ਜਦ ਅਸੀਂ ਰੱਦ ਕਰਵਾਉਣੇ ਨੇ ਤਾਂ ਕਰੋ, ਸਾਰੀ ਦੁਨੀਆ ਇੱਕ। ਹਾਂ, ਇਹ ਨਹੀਂ ਚੱਲੂਗਾ ਜਿਵੇਂ ਕਰਦੇ ਆ ਕੋਈ ਸੌਦਾ। ਜਦੋਂ ਸੌਦਾ ਕਰਨ ਨੂੰ ਤਿਆਰ ਆ ਉਹ ਵਾਪਸ ਵੀ ਲੈ ਸਕਦੇ ਆ, ਸੌਦਾ ਸਾਨੂੰ ਨਹੀਂ ਮਨਜ਼ੂਰ ਜੇ ਉਹਨੂੰ ਵੀ ਨਹੀਂ ਵਾਪਸ ਮਨਜ਼ੂਰ, ਅਸੀਂ ਵੀ ਆਪਦੇ ਵਾਪਸ ਕਰਵਾਵਾਂਗੇ। ਕਹਿ ਰਿਹਾ ਕਾਲੇ ਕਾਨੂੰਨ ਦੇ ਵਿੱਚ ਕਹਿ ਰਿਹਾ ਕਿ ਸੌਦਾ ਕਰ ਲੈਂਦੇ ਹਾਂਗੇ, ਜਦੋਂ ਉਹਨੂੰ ਦਿੰਦਾ ਵੀ ਮੇਰੇ ਜੋ ਕਾਲਾ ਕਾਨੂੰਨ ਆ ਉਹ ਗਲਤ ਆ, ਉਹਦੀ ਸੌਦਾ ਹੋਣੀਆਂ ਚਾਹੀਦੀਆਂ ਨੇ, ਫਿਰ ਉਹਨੂੰ ਉਹ ਕਾਲਾ ਕਾਨੂੰਨ ਰੱਖਣ ਦਾ ਹੀ ਫਾਇਦਾ ਨਹੀਂ ਹੈਗਾ। ਜੋ ਕਿਸਾਨਾਂ ਨੂੰ ਮਨਜ਼ੂਰ ਹੀ ਨਹੀਂ ਹੈਗਾ ਉਹ ਕਾਲਾ ਕਾਨੂੰਨ ਕਿਉਂ ਰੱਖ ਰਿਹਾ, ਉਹਨੂੰ ਕਿਉਂ ਨਹੀਂ ਰੱਦ ਕਰ ਦਿੰਦਾ? ਜੋ ਸੌਦਾ ਵੀ ਤਾਂ ਹੀ ਕਰ ਰਿਹਾ ਜੇ ਉਹਨੂੰ ਦਿਸ ਰਿਹਾ ਵੀ ਮੇਰੀਆਂ ਗਲਤੀਆਂ ਨੇ ਇਹਦੇ ਵਿੱਚ, ਜੇ ਉਹਨਾਂ ਨੂੰ ਗਲਤੀਆਂ ਨਾ ਲੱਗਦੇ ਤਾਂ ਸੌਦਾ ਕਰਨ ਲਈ ਵੀ ਤਿਆਰ ਨਾ ਹੁੰਦੇ। ਇਸ ਲਈ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਉਹਨਾਂ ਦੇ ਕਾਲੇ ਕਾਨੂੰਨ ਰੱਦ ਕਰੇ ਜਾਣ। ਅਤੇ ਜੋ ਹਰਜੀਤ ਗਰੇਵਾਲਾ ਜਿਆਨੀਆਂ ਇਹ ਟੀਵੀ 'ਤੇ ਬੈਠ ਬੈਠ ਕਿਸਾਨਾਂ ਦੇ ਖਿਲਾਫ਼ ਮਤਲਬ ਕਿ ਆਪਣਾ ਭਾਸ਼ਣ ਦਿੰਦੇ ਹੈਗੇ, ਇਹਨਾਂ ਨੂੰ ਨਹੀਂ ਦੇਣਾ ਚਾਹੀਦਾ। ਹਰਜੀਤ ਗਰੇਵਾਲ ਇੱਕ ਕਿਸਾਨ ਹੈ, ਕਿਸਾਨ ਦਾ ਬੇਟਾ ਹੈ, ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿਸਾਨ ਦਾ ਦਰਦ ਕਿੰਨਾ ਹੈ, ਅਤੇ ਉਹਨੂੰ ਦਿਖ ਰਿਹਾ ਹੋਣਾ ਵੀ ਉੱਥੇ ਕਿਵੇਂ ਬੈਠੇ ਕਿਸਾਨ ਮਤਲਬ ਕਿ ਰੁਲ ਰਹੇ ਹਾਂ। 80-80 ਸਾਲ ਦੇ 90-90 ਸਾਲ ਦੇ ਬਜ਼ੁਰਗ ਬੈਠੇ ਹੈਗੇ, ਸਾਡੀਆਂ ਮਾਤਾਵਾਂ ਬੈਠੀਆਂ, ਅਸੀਂ ਵੀ 24 ਤਰੀਕ ਨੂੰ ਜਾਣ ਲਈ ਟਰੈਕਟਰ ਰੈਲੀ ਦੇ ਵਿੱਚ ਜਾਣਾ ਅਸੀਂ ਨੇ ਸੱਬੀ ਵਾਲੀ 'ਤੇ, ਅਤੇ ਅਸੀਂ 24 ਤਰੀਕ ਨੂੰ ਅਸੀਂ ਵੀ ਜਾਣਾ। ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਨੇਗੇ, ਅਤੇ ਮਤਲਬ ਕਿ ਜਦੋਂ ਕਿ ਹੈ ਹੀ ਗਲਤ, ਉਹਦੇ ਵਿੱਚ ਸੌਦਾ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਕੋਈ ਤੁਸੀਂ ਕਿਵੇਂ